ਕਾਂਗਰਸ ਜਮਾਤ ਹਮੇਸ਼ਾ ਹੀ ਮੈਂ ਸਾਹਮਨਾ ਸਿੱਖਾਂ ਦੇ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਕਾਰਜ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਔਰ ਕਰਦੀ ਵੀ ਰਹੀ ਤੇ ਕਰ ਵੀ ਰਹੀ ਆ ਪਹਿਲਾਂ 2014 ਦੇ ਵਿੱਚ ਇਨੀ ਹਰਿਆਣਾ ਕਮੇਟੀ ਦਾ ਐਕਟ ਵੱਖਰਾ ਬਣਾਤਾ ਆ ਹੁਣ ਜਿਹੜੀ ਲੇਟੈਸਟ ਇਹ ਕੱਲ ਆਪਣੇ ਚੀਫ ਮਿਨਿਸਟਰ ਸ਼੍ਰੀ ਅਸ਼ੋਕ ਗਲੇਵਟ ਨੂੰ ਇਸ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੁਖਿੰਦਰ ਸਿੰਘ ਜਾ ਕੇ ਮਿਲ ਕੇ ਆਉਂਦਾ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਕਮੇਟੀ ਬਖਰੀ ਬਣਾਈ ਜਾਵੇ ਇਹ ਮੈਂ ਪੁੱਛਦਾ ਪਈ ਇਹਨਾਂ ਨੇ ਕਾਂਗਰਸ ਨੇ ਇਹ ਠੇਕਾ ਹੀ ਲੈ ਲਿਆ ਪਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਕਾਲ ਦੇ ਵਿੱਚ ਦਖਲਅੰਦਾਜ਼ੀ ਕਰਨੀ ਮੈਂ ਇਹਦੀ ਸਖਤ ਨਿੰਦਾ ਵੀ ਕਰਦਾ ਔਰ ਤਾੜਨਾ ਵੀ ਕਰਦਾ ਪਈ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਧਰਮ ਦੀ ਦਖਲਅੰਦਾਜ਼ੀ ਨਹੀਂ ਕਰਦੇ ਆਹ ਤਾਂ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਪਹਿਲਾਂ ਹਰਿਆਣੇ ਦੇ ਵਿੱਚ ਹੁੱਡਾ ਸਾਹਿਬ ਨੇ ਬਣਾਇਆ ਐਕਟ ਹੁਣ ਤੁਸੀਂ ਰਾਜਸਥਾਨ ਦੇ ਵਿੱਚ ਯਤਨ ਕਰ ਰਹੇ ਤੇ ਫੇਰ ਹੁਣ ਆਪਣੇ ਹਿਮਾਚਲ ਦੇ ਵਿੱਚ ਸਰਕਾਰ ਆ ਗਈ ਤੁਹਾਡੀ ਉੱਥੇ ਵੀ ਯਤਨ ਕਰੋਗੇ ਮੈਂ ਬੀਤੀਆਂ ਦੀਆਂ ਦੁਹਰਾਉਣਾ ਨਹੀਂ ਚਾਹੁੰਦਾ ਇਹ ਕਾਂਗਰਸ ਪਾਰਟੀ ਨੂੰ ਤੁਰੰਤ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨਿੰਦਣੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਕਾਰਜ ਜਿਹੜੇ ਆ ਇਹ ਸਿੱਖਾਂ ਦੇ ਧਰਮ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨਾਲ ਸੰਬੰਧਿਤ ਆ ਤੇ ਇਹ ਸੰਸਥਾ ਜਿਹੜੀ ਆ 102 ਸਾਲ ਤੋਂ ਲਗਾਤਾਰ ਆਪਣਾ ਜਿਹੜਾ ਕਾਰਜ ਕਰਦੀ ਆ ਰਹੀ ਹੈ